ਅੱਲਾ ਤੁਹਾਡੀ ਜ਼ਿੰਦਗੀ ਕਰੇ। ਇਮਾਮ ਦਾ ਸਦਕਾ ਡੇ, ਇੱਕ ਪੈਸਾ ਖਰਚ ਨਹੀਂ, ਮਤਲਬ ਕਿਸੇ ਦੇ ਦਿਲ ਵਿੱਚ ਖਿਆਲ ਹੋਵੇ। ਸਦਕਾ ਤਾਂ ਹੋਣ ਦਾ ਕੋਈ ਸ਼ਾਇਦ ਸਾਹਮਣੇ ਰੱਖੀ ਜਾਏ, ਜਿਹੜੀ ਰੱਖੀ ਜਾਏ ਪੈਸੇ ਲੱਗਦੇ ਨੇ, ਦੁਨੀਆਂ ਤਾਂ ਲੱਗਦੇ ਨੇ, ਇਮਾਮ ਦੇ ਸਦਕੇ 'ਚ ਨਹੀਂ ਲੱਗਦੇ। ਜ਼ਿੰਮੇਦਾਰ ਜਿਹਾ ਬੰਦਾ ਸੁਬਾ ਉੱਠਣਾ, ਨਾਸ਼ਤਾ ਬਣਾਉਣਾ, ਉਸ ਨਾਸ਼ਤਾ ਬਣਾ ਕੇ ਆਪਣੇ ਬੱਚੇ ਬਹਾ, ਤਵੱਜੋ ਦਾ ਤਾਲਿਬਾ ਕਰਕੇ ਵੇਖੀ, ਗੱਲਾਂ ਨਾਲ ਨਹੀਂ ਅਮਲ ਕਰਕੇ ਵੇਖੀ, ਮਾਂ ਬਹਾ, ਬੀਵੀ ਬਹਾ, ਬਾਪ ਬਹਾ, ਉਸ ਨਾਸ਼ਤੇ ਤੇ ਇਮਾਮ ਦਾ ਸਦਕਾ ਕਰ, ਤਾਂ ਕਿ ਪਹਿਲਾ ਲੁਕਮਾ ਹੀ ਤੇਰੇ ਅੰਦਰ ਇਮਾਮ ਦੇ ਸਦਕੇ ਦਾ ਜਾਏ, ਸਾਰਾ ਦਿਨ ਗੰਦਗੀ ਦੂਰ ਰਹੇ, ਤੇਰੀ ਜਵਾਨੀ ਨਸੀਬ ਹੋਵੇ, ਜਿਹੜੀ ਜ਼ਬਾਨ ਹਿਲਦੀ ਪਈ ਹੈ ਮੇਰੇ ਸਾਹਮਣੇ। ਜਵਾਨੀ ਨਸੀਬ ਹੋਵੇ, ਹਜ਼ਾਰਾਂ ਸਾਲਾਂ ਵੱਡੇ ਸਾਰੇ ਪਿਓ ਦਾ ਪੁੱਤਰ, ਬੜੇ ਬੜੇ ਵੱਡੇ ਮਦਾਫਾਨਾਂ ਦੀ ਔਲਾਦ ਬੈਠੀ। ਜਿਹਨ ਦੀ ਹੜ ਖਿੜਕੀ ਖੋਲੀ, ਤੇਰੀ ਨਗਰੀ ਚ ਇੱਕ ਬਾਤ ਕਰਨ ਲੱਗਾ, ਜੇ ਸਮਝਿਆ ਕਬਰ ਦੀ ਸਾਮੀ ਤੱਕ ਦੁਆ ਕਰੇ ਸੀ, ਆਪਣੇ ਬੱਚਿਆਂ ਨੂੰ ਕਿਸੇ ਮੁੱਲਾਂ ਦਾ ਕਲਾਮ ਨਹੀਂ, ਕਿਸੇ ਆਇਤੁੱਲਾ ਦਾ ਕਲਾਮ ਨਹੀਂ, ਹਾਦੀ ਖੁਦ ਫਰਮੈਂਦੇ ਨੇ, ਬਾਦਸ਼ਾਹ ਫਰਮੈਂਦੇ ਨੇ, ਉਸ ਨਾਸ਼ਤੇ ਤੇ ਮੇਰਾ ਸਦਕਾ ਕਰ, ਸਦਕਾ ਕਰਕੇ ਆਪ ਖਾ, ਆਪਣੇ ਬੱਚਿਆਂ ਨੂੰ ਖਵਾ। ਹਾਦੀ ਫਰਮੈਂਦੇ ਨੇ ਆਪਣੇ ਬੱਚਿਆਂ ਨੂੰ ਖਵਾ ਕੇ ਸਕੂਲ ਭੇਜ ਦੇ, ਪੇਸ਼ਵਾ ਫਰਮੈਂਦੇ ਨੇ ਅਗਲੇ ਖਾਣੇ ਤੱਕ ਤੇਰੇ ਬੱਚੇ ਨੂੰ ਕੋਈ ਤਕਲੀਫ ਆ ਜਾਏ, ਮੈਨੂੰ ਇਮਾਮ ਹੀ ਨਾ ਆਖੇ। ਨਹੀਂ ਗੱਲ ਦੀ ਸਮਝ ਆਉਂਦੀ ਪਈ, ਨਹੀਂ ਸਮਝ ਆਉਂਦੀ ਪਈ, ਮੈਂ ਜੰਗਲ 'ਚ ਪਟਦਾ ਖਲੋਤਾ ਤੇਰੇ ਸਾਹਮਣੇ ਖਲੋਤਾ। ਇਮਾਮ ਬਤੂਲ ਦਾ ਪੁੱਤਰ ਇੱਜ਼ਤ ਦੇਵੇ, ਆਖਰੀ ਬਾਤ ਖਤਮ, ਬਹੁ ਜ਼ਾਕਿਰ ਪੜਨ ਵਾਲੇ ਬੈਠੇ ਨੇ, ਗਾਸਬ ਨਾ ਬਣਾ। ਜਿਹੜਾ ਹਾਦੀ ਨੂੰ ਇਵੇਂ ਯਾਦ ਰੱਖਦਾ ਜਿਵੇਂ ਤੈਨੂੰ ਤੇਰੇ ਬੱਚੇ ਨਹੀਂ ਭੁੱਲਦੇ। ਛੱਜ ਚਾਰ ਟਾਫੀਆਂ ਬਾਜ਼ਾਰ ਤੋਂ ਗਰੀਬ ਵੀ ਲੈ ਸਕਦਾ, ਅਮੀਰ ਵੀ ਲੈ ਸਕਦਾ, ਚਾਰ ਟਾਫੀਆਂ ਲੈਣਾ ਹੈ, ਕੀਮਤ ਕੋਈ ਨਹੀਂ, ਇੱਕ ਦੋ ਰੁਪਏ, ਇੱਕ ਖਾਣਾ ਹੈ, ਦੂਸਰੀ ਖਾਵਣ ਤੇ ਦਿਲ ਕਰਦੇ, ਖਿਆਲ ਆਉਂਦਾ ਬੱਚਾ ਛੋਟਾ ਹੈ, ਘਰ ਜਾ ਸਾਂ ਬੱਚਾ ਪੁੱਛੀ, ਬਾਬਾ ਬਾਜ਼ਾਰੋਂ ਆਇਆ ਕੋਈ ਸ਼ਾਇਡ ਕਿਹੜੇ ਸੇ, ਦਿਲ ਕਰਦਾ ਮੁਹੱਬਤ ਆਖਦੀ ਰੱਖ ਲੈ ਬੱਚੇ ਲਈ, ਤਵੱਜੋ ਕਰੀ ਗੱਲ ਆਖਰੀ ਪੇ ਕਰਨਾ ਖਤਮ, ਦਿਲ ਕਰਦਾ ਇੱਥੇ ਵੀ ਬੈਠ ਜਾਏ ਤਾਂ ਬੜੀ ਇੱਥੇ ਵੀ ਬੈਠ ਜਾਏ, ਦਿਲ ਕਰਦਾ ਮੇਰਾ ਸਰਦਾਰ ਮੁਹੱਬਤ ਆਖਦੀ ਲੁਕਾ ਲੈ ਬੱਚੇ ਲਈ ਰੱਖ ਲੈ। ਹਾਦੀ ਫਰਮੈਂਦੇ ਜਿਵੇਂ ਤੈਨੂੰ ਤੇਰੇ ਬੱਚੇ ਨਹੀਂ ਭੁੱਲਦੇ ਤੇ ਯਾਦ ਰੱਖਣਾ, ਅਗਰ ਇਵੇਂ ਤੈਂ ਮੈਨੂੰ ਯਾਦ ਰੱਖਿਆ, ਪੇਸ਼ਵਾ ਫਰਮੈਂਦੇ ਜੱਡਾ ਮੇਰੀ ਆਮਦ ਹੋ ਸੀ, ਤੂੰ ਜਿੱਥੇ ਅਗਰ ਮੇਰੇ ਆਮਦ ਤੋਂ ਪਹਿਲੇ ਦੁਨੀਆਂ ਤੋਂ ਤੁਰ ਵੀ ਗਿਆ, ਪੇਸ਼ਵਾ ਫਰਮੈਂਦੇ ਘਬਰਾਵੀ ਨਾ, ਤੂੰ ਜਿੱਥੇ ਵੀ ਹੋ ਸੇ ਮੈਂ ਸਿੱਧਾ ਤੇਰੀ ਕਬਰ ਤੇ ਆਣ ਕੇ ਆਖਸਾਂ, ਬਾਹਰ ਆ ਕੇ ਜ਼ਿਆਰਤ ਕਰੋ, ਮੈਂ ਤੇਰਾ ਇਮਾਮ ਤੇਰੀ ਕਬਰ ਤੇ ਆਇਆ ਖਲੋਤਾ। ਕਬੂਲ ਕਰੀ ਅਕਬਰ ਦਾ ਬਾਬਾ, ਕਰਬਲਾ ਤੂੰ ਸ਼ਾਮ ਦੇ ਰਾਜ 'ਚ ਇੱਕ ਸ਼ਹਿਰ ਏ, ਹਰਾਨ ਕਤਨ ਦੇਰ ਨਹੀਂ, ਜਿੱਥੇ ਜਾ ਮਿਲੇ ਉੱਥੇ ਬਹਿਣ ਦੀ ਕੋਸ਼ਿਸ਼ ਕਰਨਾ, ਮਸਾਏ ਵਿੱਚ ਜੁੱਤੀਆਂ 'ਚ ਵੀ ਬੈਠ ਜਾਏ, 70,000 ਮਲਾਇਕਾ ਤੇਰੇ ਉੱਠਣ ਤੱਕ ਤੇਰੇ 'ਤੇ ਅਸਤਗਫਾਰ ਦੀ ਤਸਬੀਹ ਪੜ੍ਹਦੇ ਦੱਸ, ਇਸ ਦਾ ਮੁਕਾਮ ਸਮਝ ਗਿਆ ਹੈ। ਇਹ ਬਹੁਤ ਪੁਰਾਣਾ ਸ਼ਾਰ ਏ, ਜਨਾਬ ਨੂਹ ਦਾ ਜਿਹੜੇ ਵੇਲੇ ਤੂਫਾਨ ਰੁਕਿਆ ਤੇ ਨਬੀ ਇਸ ਸ਼ਹਿਰ 'ਚ ਆਇਆ, ਇਤਨਾ ਪੁਰਾਣਾ ਸ਼ਹਿਰ। ਜਨਾਬ ਇਬਰਾਹੀਮ ਆ ਗੁਲਜ਼ਾਰ ਹੋਈ ਤੇ ਨਬੀ ਵੀ ਇਸ ਸ਼ਹਿਰ 'ਚ ਆ ਕੇ ਰਹਿਣਾ ਸ਼ੁਰੂ ਕੀਤਾ। ਸਮਝ ਆ ਗਈ ਨਾ, ਬਸ ਸਫ਼ਰ ਕਰੀਮ ਬਹੁਤ ਜਲਦੀ, ਤੇਰੀ ਸੋਚ ਤੋਂ ਪਹਿਲਾਂ ਛੋੜਦਾ ਪਿਆ ਮੈਨੂੰ, ਨੀਤੀ ਬੈਠਿਆਂ ਤਾਂ ਕਜ਼ਾ ਨਾ ਉਸ। ਇਸ ਸ਼ਹਿਰ ਦੇ ਵਿੱਚ ਦਾਖਲ ਹੋਵੋ ਤੇ ਸ਼ੁਰੂ ਦੇ ਵਿੱਚ ਇੱਕ ਰੋਜ਼ਾ ਹੈ ਯਹਯਾ ਹਰਾਨੀ ਦਾ, ਇਹ ਯਹਯਾ ਯਹੂਦੀ ਆਈ, 2 ਮਿੰਟਾਂ ਦੀ ਹੋਰ ਤਮੀਜ਼, ਲੇਕਿਨ ਹਾਈ ਇਬਾਦਤ ਗੁਜ਼ਾਰ। ਸ਼ਾਹ ਜੀ ਇਸ ਦੀ ਕਬਰ 'ਤੇ ਇੱਕ ਤਖਤੀ ਮੈਂ ਪੜ੍ਹੀ,
نواب کربلا دا ایک فرمان لکھے ہویا ہادی فرمیندن جڑا میرا زائر اس دی قبر تے آ کے ایک نیک دعا منگے پیشوا فرمیندن میں حسین گواہی دینا اللہ پوری کرے اس لیے میں جائی تے بیٹھ اللہ زندگی کرنے ہے خدا تیری عبادت قبول فرماوے چاہتا ہے واہ واہ بھلا ہوئے بھائی تو آٹا یحییٰ دا جیڑا گھر آئی نا ایک قبلہ شہر دے درمیان ایک ٹیلا ہا اچھی جا اس دے شاہ جی اتے آئی اس دے گھر تو سارا شہر نظر آنگا اس یحییٰ یا یاد ہے میں اپنے نبی دی کتاب دا اس خاص کمرے چ بیٹھ کے مطالعہ کرنا جڑا میں خاص عبادت واسطے یاد ہے میں پڑھدا پیا ہاں یا ہوا دا ایک جھونکا آیا اس نے 5-7 ورکے پرت دیتے یا یاد ہے میں سدھا کرن لگا جی وہ صفحہ جڑا ورکا پرتیا میری اس تے نگاہ پئی سامنے لکھے ہویا پہلے پیج تے جڑا آخری نبی ہو سی اس نبی دے 12 وسیع حسین زندگی ہوئے میری محنت پوری ہو گئی او نبی تے ان دے وسیع اللہ اتنی طاقت دے سی انہاں دا دھاڑ جتھے بھی ہویا پرواہ نہیں انہاں دا سر دھاڑ دے بغیر اگر قرآن پڑھنا چاہے پڑھ سکتا ہے سفر کریں اگر کسی نال بولنا چاہے او بول سکدا ہے یا پڑھ کے تے حیران ہو گیا پریشان ہو گیا شاہ جی پی انج اپنے آپ نو آدھا نہیں انج نہیں ہو سکتا بھی کٹے ہویا زر تے بولے نہیں پھر اپنے آپ نو آدھا جہنمی پہ بننا ہے کتاب تو تیرے نبی دیے جندے وچ لکھیا ہویا آئے ہائے جڑے بندے نہیں سمجھے ایسا قرآن پاک نو نہ منیے تے جہنمی بن گئے کتاب تیرے نبی دی یا جے سوچ دا بیٹھا ہے مننا نہ مننا یا یادا یا بازار چ ڈھول وجنے شروع ہوئے ہر بندے دے مزاج دی مجلس نہیں نیتی بیٹھے تے قضا نہ ہو سی یا یادا پریشان ہو گیا جو کسی دی شادی نہیں کوئی خوشی نہیں یہ ڈھول کا ہے یا یادہ کتاب بند کیتی تے محفوظ جاتے رکھ دا پیاں جو ویکھاں یہ ڈھول کیوں مجدے پہ یا یادہ جا میں رکھی نہیں یا میرے کان تے آواز آیا باغی دیاں بہنا آ گئیاں او تیری ہائے تو صدقے جاواں او اکبر دا بابا تیرے وین قبول فرمائے واہ واہ مولا سجا تیری ہائے قبول فرمائے باغی دیاں بہنا آدھا بڑا پریشان ہو گیا آدھا جلدی کتاب رکھی شاہ جی آدھا میں دروازہ کھولیا آدھا دروازہ کھولیا تے سامنے بازار اچ میری دید پئی دھیان لادا میں بازار چ ڈٹھا ہے مینوں ایک رسی چ کئی گل نظر آئے مکانی تے آندے راسن تسی دید میرے پاس کرنا جڑا نیتی بیٹھے ہو آدھا کچھ لوگ بازار چ نچتے نظر آئے یا یادا بڑا پریشان ہو گیا بازار دو لتھاں جو پتہ کراں یہ کون ہیں یا یادا میں بازار چ لتاں اجا پچھن پیا کرے نا جو اے پردے دار تے بازار تے سرو ننگیاں بھلا ہوئے بھائی بھلا ہوئے میں محنت پرست لوگاں چ پڑھدا پیا یا یادا جا میری سامنے دید پئی آدھا ایک توک تے دو گل آدھا ایک وڈا کاری ایک نکا کاری
ਆਦਾ ਉਹ ਵੱਡੇ ਕਾਰੀ ਦਾ ਨਿੱਕੇ ਨਾਲ ਕੋਈ ਇੰਜ ਪਿਆਰ ਆਈ, ਆਦਾ ਮੈਂ ਨਿੱਠਾ ਏ ਵੱਡੇ ਥੋੜੀ ਜਿਹੀ ਕਮਰ ਸਿੱਧੀ ਕੀਤੀ ਏ ਨਾਲ ਨਿੱਕਾ ਪਈ ਉੱਠਦਾ। ਵਾਹ 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 ਵਾਹ, ਗੁਨਾਹਾਂ ਦੀ ਮਾਫ਼ੀ ਮੰਗੀ, ਜਿਹਦੀ ਅੱਖ ਨਾ ਵਸੇ ਗੁਨਾਹਾਂ ਦੀ ਮਾਫ਼ੀ ਮੰਗੀ, ਕਿਸੇ ਖਿਆਲ 'ਚ ਨਾ ਬੈਠਾ ਰਹੀ ਜੀ। ਬਿਸਮਿਲ੍ਲਾ। ਆਦਾ ਉਹ ਨਿੱਕੇ ਕਾਰੀ ਦਾ ਵੈਣ ਆਇਆ, ਬਾਬਾ ਗਰਦਨ ਝੁਕਾ ਮੇਰੀਆਂ ਤਲੀਆਂ ਪਟੀ ਗਈਆਂ, ਉਹ ਮੈਂ ਧੀਆਂ ਦੇ ਪਰਦੇ ਕੁਰਬਾਨ ਕਰਾਂ, ਯਾ ਯਾਦ ਆ ਜਾਂ ਮੈਂ ਪਿਓ ਤੇ ਪੁੱਤਰਾਂ ਨੂੰ ਵੇਦਾ ਪਿਆਂ, ਯਾ ਯਾਦ ਆ ਜਾਂ ਮੇਰੀ ਪਿੱਛੇ ਦੀਦ ਪਈ ਇੱਕ ਬੀਬੀ ਏ ਜਿਹਦੇ ਗਲ 'ਚ ਬੜੀ ਤੰਗ ਰੱਸੀ। ਆਦੀ ਉਹ ਪਿੱਛੋਂ ਬੁਲੈਂਦੀ ਏ ਆਵਾਜ਼ ਜਿੱਕੀ ਪੈ ਨਿਕਲਦੀ, ਯਾ ਯਾਦ ਆ ਮੈਂ ਕੋਲੋਂ ਟੁਰ ਗਿਆ ਜਿਹੜੀ ਅੱਖ ਜਣੇ ਤਾਈ ਨੀ ਵਜ਼ੂ ਕਰ ਸਕੀ, ਯਾ ਯਾਦ ਆ ਮੈਂ ਨੇੜੇ ਗਿਆ ਜੋ ਸੁਣਾ ਏ ਬੱਚੀ ਕੇ ਪਿਆ ਦੀ, ਯਾ ਯਾਦ ਆ ਨੇੜੇ ਹੋਇਆ ਤਾਂ ਪਤਾ ਲੱਗਾ ਏ ਉਹ ਜਿਹੜਾ ਕਹਿੰਦੀ ਏ ਇਹਦਾ ਸੱਕਾ ਬਿਰਾ। ਆਦਾ ਮੈਂ ਨੇੜੇ ਹੋਇਆ ਤੇ ਬਿਰਾ ਨੂੰ ਆਦੀ ਪਈ ਏ ਦੱਸ ਵੇ ਵੀਰ, ਜਿੱਥੇ ਕੋਈ ਜ਼ਾਲਿਮ ਮੈਨੂੰ ਮਰੇਂਦਾ ਏ ਸਜਾਦ ਵੇਖ ਕੇ ਅੱਖੀਆਂ ਬੰਦ ਕਿਉਂ ਕਰ ਲੈਣਾ। ਉਸ ਵੇਲੇ ਸਜਾਦ ਰੋ ਗਿਆ, ਦਾ ਭੈਣ ਮਜਬੂਰੀ ਆਈ ਅੱਖੀਆਂ ਬੰਦ ਕਰੇ ਨਾ ਵਸ ਨਹੀਂ ਲੱਗਦਾ, ਮਤ ਕੱਲ ਬਾਬੇ ਨੂੰ ਆਖੇ ਸਜਾਦ ਸਾਹਮਣੇ ਮੈਨੂੰ ਮਰੇਂਦੇ ਰਹਿ। ਅੱਲਾ ਤੇਰੀ ਇਬਾਦਤ ਕਬੂਲ ਫਰਮਾਏ, ਖੁਦਾ ਤੇਰਾ ਪੁਰਸਾ ਕਬੂਲ ਫਰਮਾਏ, ਕਿਸੇ ਗਮ ਵਿੱਚ ਨਾ ਰੋਵੇ। ਸੋਹਣਾ ਇਸਤਕਬਾਲ ਕੀਤਾ, ਬਸ ਦੋ ਜਾਂ ਤਰੇ ਵੈਣ ਹੋਰ ਹਿੱਸਾ ਮਿਲ ਗਿਆ, ਯਾ ਯਾਦ ਆ ਮੈਂ ਦਿਲ 'ਚ ਖਿਆਲ ਕੀਤਾ ਜਲਦੀ ਕਰ ਘਰ ਟੁਰ ਜਾ ਤਮਾਸ਼ਾ ਨਾ ਵੇਖ, ਮੈਂ ਤਾਂ ਹੈਰਾਨ ਗਰਕ ਨਾ ਹੋ ਵੰਜੇ, ਯਾ ਯਾਦ ਆ ਮੈਂ ਟੁਰਨ ਲੱਗਾ ਯਾ ਮੇਰੀ ਦੀਦ ਪਈ ਏ ਮਾਫ਼ੀ ਦਿਵਿਆਂ, ਉਸ ਬੱਚੀ ਨੇ ਆਪਣੇ ਕੰਨਾਂ ਤੋਂ ਦੋਵੇਂ ਹੱਥ ਹਟਾਏ, ਯਾ ਯਾਦ ਆ ਹੱਟਣ ਦੀ ਦੇਰ ਆਈ ਮੇਰੀ ਦੀਦ ਪਈ ਏ ਉਸ ਬੱਚੀ ਦੇ ਕੰਨਾਂ 'ਚ ਫਵਾਰਾ ਖੂਨ ਦਾ ਨਿਕਲਿਆ। ਜਿਹੜੇ ਬੰਦੇ ਹਾਏ ਵੀ ਨਹੀਂ ਕਰ ਸਕੇ ਉਹਦੀ ਕਿਸਮਤ ਆਈ, ਮੈਨੂੰ ਮਜ਼ਲੂਮ ਦੇ ਆਖਰੀ ਸ਼ਹੀਦੇ ਦੀ ਕਸਮ, ਸ਼ਬੀਰ ਦੀ ਧੀ ਦੇ ਦੌਰ ਬੜੇ ਔਖੇ ਲੱਥੇ ਆ, ਤੇ ਤੈਨੂੰ ਮੇਰੀ ਜ਼ੁਬਾਨ ਤੇ ਇਤਬਾਰ ਨਹੀਂ ਆ, ਬਾਰਵੇਂ ਜ਼ੁਬਾਨ ਬਾਰਵੇਂ ਇਮਾਮ ਦੀ ਜ਼ੁਬਾਨ ਉਹ ਸੁਣ ਲੈ, ਬਾਰਵਾਂ ਫਰਮੈਂਦਾ ਏ ਮੇਰਾ ਸਲਾਮ ਹੋਵੇ ਊਂ ਸ਼ਹਜ਼ਾਦੀ ਤੇ ਜਿਹਦੇ ਦੁਰਾਂ ਦੇ ਕੁੰਡੇ ਬੰਦ ਰਹੇ ਹਨ ਤੇ ਦੁਰ ਲਹਿ ਗਏ ਆ। ਜਿਹੜੀ ਬਾਜ਼ਾਰਾਂ 'ਚ ਵਹਿਣ ਕਰਕੇ ਆਦੀ ਵੇ ਬਾਬਾ ਤੇਰੇ ਕਾਤਲਾਂ ਦੀਆਂ ਧੀਆਂ, ਵੇ ਬਾਬਾ ਨਰਮ ਬਿਸਰਿਆ ਤੇ ਸੁੱਤੀਆਂ ਪਈਆਂ। ਜੀ 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 ਜੀ, ਬਾਨੀਏ ਮਜਲਸੇ ਹਸਬੀ ਨਸਬੀ ਸਹੀ ਆਜ਼ਾਦਾ ਤਸ਼ਰੀਫ ਫਰਮਾ ਬੈਠ, ਪੂਰੇ ਮੁਲਕ 'ਚ ਆਜ਼ਾਦਾਰੀ ਕਰਵਾ ਕੇ ਦੱਸੀਏ, ਇੰਝ ਕਰੇਂਦੇ ਆਖੇ ਤੇ ਸਹੀ ਆਜ਼ਾਦਾ ਕਰਵਾਏ ਤਾਂ ਜੇ ਪੜਾ ਇਸ ਮਜਮੇ ਨੂੰ ਲੋਕਾਂ ਨਾ ਸੁਣਾਈ ਹੋਵੇ ਮੇਰਾ ਕਸੂਰ ਨਹੀਂ। ਕਿਤਾਬ ਦਾ ਨਾਮ ਹੈ ਦਮਤੁਲ ਸਾਕਿਬਾ, ਉਸ ਜਿਵੇਂ ਲਿਖਿਆ ਹੈ ਗਰੀਬ ਦੀ ਧੀ ਦੇ ਦੁਰਾਂ ਦਾ ਲਾਣਾ ਸੁਣਾਵਾ। ਸਾਹਿਬੇ ਦਮਾ ਸਯਾਦਾ ਤੇਰੀ ਜੱਦ ਦੀ ਕਸਮ, ਲਿਖ ਦੇਣ ਪਿਓ ਦੀ ਲਾਸ਼ ਤੋਂ ਹੱਟੀ ਆਂਦੀ ਆਈ, ਜਾਂ ਬੀਬੀ ਦੇ ਕੰਨਾਂ 'ਚ ਦੁਰ ਚਮਕਣ ਤੇ ਸ਼ਿਮਰ ਦੀ ਦੀਦ ਪੈ ਗਈ ਏ। ਉਹ ਲਿਖਦਾ ਏ ਬੇਗੈਰਤ ਸਾਹਮਣੇ ਆਣ ਕੇ, ਆਦਾ ਕਿਸੇ ਹੋਰ ਲੁੱਟ ਲੈਣੇ ਨਾ ਮੈਂ ਲੁੱਟਾਂ ਏਡੇ ਕੀਮਤੀ ਦੋਰੇ ਨਾ, ਜਿਹੜਾ ਬੰਦਾ ਦਾ ਮੈਨੂੰ ਮਾਤਮ ਨਹੀਂ ਆਂਦਾ ਗਲਤ ਪੜਾ ਮੇਰੀ ਜ਼ੁਬਾਨ ਸੜ ਜਾਏ। ਸਾਹਿਬ ਦਮਾ ਲਿਖਦਾ ਏ ਬੇਗੈਰਤ ਅੱਗੇ ਵੱਧਦਾ ਪਿਆ, ਯਾ ਪੰਜ ਛੇ ਸਪਾਹੀ ਪਿੱਛਿਓਂ ਪਿਆ ਦੇਣ, ਕਮੀਨੇ ਦੇ ਦਿਲ 'ਚ ਖਿਆਲ ਆਇਆ ਮਤਮ ਮੇਤੋ ਪਹਿਲੋਂ ਇਹ ਲੁੱਟ ਲੈਣ, ਮੈਂ ਇੰਝ ਹੀ ਪੜਿਆ ਏ ਬੇਗੈਰਤ ਏਡੀ ਜਲਦੀ ਕੀਤੀ ਏ, ਦੋਹੇ ਉਂਗਲਾਂ ਹੁਸੈਨ ਦੀ ਧੀ ਦੇ ਦੁਰਾਂ 'ਚ ਪਾਈਆਂ ਨਾ, ਅੱਲਾ ਜਾਣਦਾ ਏ ਜੋ ਉਂਗਲਾਂ ਪਾਈਆਂ ਨਾ, ਉਹਦੇ ਕਰਬਲਾ ਦੇ ਸ਼ਹੀਦਾਂ ਦੀਆਂ ਲਾਸ਼ਾਂ ਇੱਕ ਲਾਸ਼ ਦਰਿਆ ਦੀ ਮਨ ਤੋਂ ਬਾਰ ਬਾਰ ਉੱਠਦੀ ਏ। ਬਿਸਮਿਲ੍ਲਾ ਕਰਾ, ਸ਼ਰਮ ਨਾ ਕਰ ਜੇ ਮੰਗਣ ਆਇਆ ਬੈਠਾ ਤਾਂ। ਜੀ ਜੀ, ਸਾਹਿਬ ਦਮਾ ਲਿਖਦਾ ਇਸ ਬੇਗੈਰਤ ਨੇ ਇਹ ਦੋਵੇਂ ਉਂਗਲਾਂ, ਅੱਲਾ ਜਾਣਦਾ ਬੀਬੀ ਦੇ ਦੁਰਾਂ 'ਚ ਗਲਤ ਪੜਾ ਸ਼ਬੀਰ ਦਾ ਜ਼ਾਕਿਰ ਨਾ ਵਾਂ, ਤੂੰ ਸੁਣ ਨਹੀਂ ਸੰਗਦਾ ਹਿੰਮਤ ਦੇਖ। ਸਾਹਿਬ ਦਮਾ ਦਾ ਏਡੇ ਜ਼ੋਰ ਨਾਲ ਛਿੱਕੇ ਬੀਬੀ ਦੇ ਕੰਨ ਫਟ ਗਏ,
हुसैन दी धी दे मुंह चो त्रै वारी निकले चाचा अब्बास। वाह 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 वाह, भला होने तुहाडा, भला होने तुहाडा। हिस्सा मिल गया, बस आखरी वायण जड़ी आख जन तई निरो संगी या यादा मैं रोंदा टुर पिया अपने घर दे पासे जो मैं तमाशा नहीं वेख मतलब कोई अजाब ना आ जाए जिन्होंने मसाइब दी सत्र पहली याद है। अल्लाह जानदा है धियां लियो या यादा मैं टुरिया मेरी सामने दीद पई है एक बुलंद सांग ते एक कारी है जैसे लब हल्दे मैं डिठे न या यादा मेरे दिल च ख्याल आया बुलेंदा है या मेरा शक है या यादा मैं टुरदा होया उन सांग दे तले आया जेड़े नीति बैठे हो कला नोजी या यादा मैं तले आया ते कारी यादा पे आया या जेड़ा हूं ही वाकया पढ़ के आया है उन्दे वे की शक ना करी या वेख मेरा धड़कर बला रह गया या आखे ते मैं कुरान सुनावा आखे ते मैं अंजील जी बाबा अदरको मन अल्लाह मैं बिस्मिल्लाह करा आखरी जुमला या मेरा धड़कर बला रही है मेरा सर तेरे सामने आखें कुरान सुनावा आखें अंजील सुनावा या हाथ जोड़ के आदा ना कुरान सुना ना अंजील सुना मैनू एक गल दा जवाब दे मैनू बोल पे पौंदे मैनू दस ओ जेड़े बारह वसीया ना उन्हां वसीया चो एक तू भी है मेरा दिल मन गया है मैनू दस केड़ा है उस वेले शबीरा दा या मुबहला जानना है तेरा अपना नसीब है तेरा अपना मुकद्दर है जेड़े ख्याल च बैठे हैं हर अख का कम नहीं जहरा दे पुत्र नु रोवना मुकद्दर आली आखे या मुबाला जानना है अदा सोना जानना उस मुबाले च मैं खुद मौजूद आई सैयदा दवल तेन तरतीब दा इलम होए आदा मैनू सोना पता है सैयदा दा बयान कर आदा अगे नबी आई नबी दी अंगल नाल एक बच्चा नबी दी झोली च एक होर बच्चा उस झोली आले नाल एडा प्यारा एक कदम चैंदा मैं अखियां नाल लिठा सत सत वारी चुमदा शबीर दा या झोली आला हुसैन मैं या मेरे पुत्र मारे गए मेरिया भैणा कहे दो आईया।